ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਿੰਸ ਸੁਨਿਆਲ ਇਸ ਵਕਤੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੂਸੇਵਾਲਾ ਕਤਲ ਕਾਂਡ ਚ ਸ਼ਾਮਲ ਲਾਰੈਂਸ ਬਿਸ਼ਨੋਈ ਦਾ ਭਰਾ ਸਚਿਨ ਬਿਸ਼ਨੋਈ ਨੂੰ ਪੁਲਿਸ ਅਜ਼ਰਬੈਜਾਨ ਲਜਾਣ ਦੇ ਲਈ ਦਿੱਲੀ ਪੁਲਿਸ ਰਵਾਨਾ ਹੋ ਚੁੱਕੀ ਹੈ ਵਿਦੇਸ਼ ਦਿੱਲੀ ਪੁਲਿਸ ਰਵਾਨਾ ਹੋ ਗਈ ਹੈ ਸੂਤਰਾਂ ਮੁਤਾਬਕ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਅਜ਼ਰਬੈਜਾਨ ਰਵਾਨਾ ਹੋ ਚੁੱਕੀ ਹੈ ਇੱਕ ACP 2 ਇੰਸਪੈਕਟਰ ਸਣੇ 4 ਅਫਸਰਾਂ ਦੀ ਟੀਮ ਰਵਾਨਾ ਹੋ ਗਈ ਹੈ ਤਾ ਅਗਲੇ 2 ਦਿਨਾਂ ਤੱਕ ਸਚਿਨ ਬਿਸ਼ਨੋਈ ਨੂੰ ਭਾਰਤ ਲਿਆਇਆ ਜਾ ਸਕਦਾ ਹੈ ਸੂਤਰਾਂ ਹਵਾਲੇ ਤੋਂ ਵੱਡੀ ਖਬਰ ਦੇ ਰਹੇ ਹਾਂ ਤੁਹਾਨੂੰ ਤਾਂ ਸਚਿਨ ਬਿਸ਼ਨੋਈ ਲਾਰੈਂਸ ਬਿਸ਼ਨੋਈ ਦਾ ਭਰਾਵਾ ਕਜ਼ਨ ਆ ਕਿਉਂਕਿ ਉਹ ਦੱਸਿਆ ਜਾ ਰਿਹਾ ਸੀ ਕਿ ਮੂਸੇ ਵਾਲਾ ਕਤਲकांड ਚ ਸ਼ਾਮਲ ਸੀ ਔਰ ਜਾਲੀ ਪਾਸਪੋਰਟ ਬਣਾ ਕੇ ਉਹ ਫਰਾਰ ਹੋ ਗਿਆ ਸੀ ਜਿਸ ਤੋਂ ਬਾਅਦ ਖਬਰਾਂ ਵੀ ਸਾਹਮਣੇ ਆਈਆਂ ਸੀ ਕਿ ਸਚਿਨ ਬਿਸ਼ਨੋਈ ਨੂੰ ਅਜ਼ਰਬੈਜਾਨ ਡਿਟੇਨ ਕਰ ਲਿਆ ਹੈ ਪਰ ਉਸ ਤੋਂ ਬਾਅਦ ਇਹ ਖਬਰ ਕਿਤਨਾ ਕਿਤੇ ਠੰਡੀ ਪੈ ਗਈ ਔਰ ਕੋਈ ਵੀ ਖਬਰ ਸਚਿਨ ਬਿਸ਼ਨੋਈ ਨੂੰ ਲੈ ਕੇ ਸਾਹਮਣੇ ਨਹੀਂ ਆਈ ਪਰ ਹੁਣ ਭਾਰਤ ਲਿਆਉਣ ਦੀ ਤਿਆਰੀਆਂ ਜਿਹੜੀ ਕਰ ਲਿੱਤੀ ਗਈਆਂ ਨੇ ਸੂਤਰਾ ਮੁਤਾਬਕ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਅਜ਼ਰਬੈਜਾਨ ਰਵਾਨਾ ਹੋ ਚੁੱਕੀ ਹੈ ਇੱਕ ਐਸੀਪੀ ਦੋ ਇਨਸਪੈਕਟਰ ਸਣੇ ਚਾਰ ਅਫਸਰਾਂ ਦੀ ਟੀਮ ਰਵਾਨਾ ਹੋ ਗਈ ਹੈ ਅਗਲੇ 2 ਦਿਨਾਂ ਤੱਕ ਸਚਿਨ ਬਿਸ਼ਨੋਈ ਨੂੰ ਭਾਰਤ ਲਿਆਇਆ ਜਾ ਸਕਦਾ ਹੈ ਔਰ ਵੱਡੇ ਖੁਲਾਸੇ ਭਾਰਤ ਦੇ ਵਿੱਚ ਲਿਆ ਕੇ ਉਸ ਨੂੰ ਮੂਸੇਵਾਲਾ ਕਤਲकांड ਚ ਹੋ ਸਕਦੇ ਨੇ ਤਾਂ ਤੁਹਾਨੂੰ ਦੱਸਦੇ ਚੱਲਦੇ ਆ ਮੂਸੇਵਾਲਾ ਕਤਲकांड ਦੇ ਵਿੱਚ ਹਾਲੇ ਵੀ ਫਰਾਰ ਜਦੋਂ ਚੱਲ ਰਿਹਾ ਸੀ ਲਾਰੈਂਸ ਦਾ ਪ੍ਰਸਚਿੰਤਾ ਇਸ ਨੂੰ ਡਿਟੇਨ ਕਰ ਲਿਆ ਗਿਆ ਸੀ ਪਰ ਹੁਣ ਇਹ ਪੁਲਿਸ ਦੇ ਤੱਕੇ ਚੜਨ ਤੋਂ ਬਾਅਦ ਇਸ ਨੂੰ ਭਾਰਤ ਲਿਆਂਦਾ ਜਾ ਰਿਹਾ ਤਾਂ ਜਿੱਥੇ ਬਿੱਤੇ ਦਿਨੀ ਹੀ ਪਾਕਿਸਤਾਨੀ ਕਨੈਕਸ਼ਨ ਵੀ ਮੂਸੇਵਾਲਾ ਕਤਲकांड ਚ ਸ਼ਾਮਲ ਆਇਆ ਸੀ ਤਾ ਉਸ ਚ ਵੀ ਵੱਡੀਆਂ ਗ੍ਰਿਫਤਾਰੀਆਂ ਹੋਈਆਂ ਤਾਂ ਹੁਣ ਫਿਰ ਤੋਂ ਫਿਰ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸਚਿਨ ਬਿਸ਼ਨੋਈ ਨੂੰ ਡਿਟੇਨ ਕੀਤਾ ਗਿਆ ਸੀ ਅਜ਼ਰਬੈਜਾਨ ਤਾਂ ਹੁਣ ਮੂਸੇ ਵਾਲਾ ਕਤਲकांड ਦੇ ਵਿੱਚ ਵੱਡਾ ਖੁਲਾਸਾ ਹੋ ਸਕਦਾ ਹੈ ਹੁਣੇ-ਹੁਣੇ ਵੱਡੀ ਅਪਡੇਟ ਸਾਹਮਣੇ ਆਈ ਹੈ ਲਾਰੈਂਸ ਬਿਸ਼ਨੋਈ ਦੇ ਭਰਾ ਨੂੰ ਸਚਿਨ ਬਿਸ਼ਨੋਈ ਨੂੰ ਅਜ਼ਰਬੈਜਾਨ ਲੈਣ ਦੇ ਲਈ ਦਿੱਲੀ ਪੁਲਿਸ ਭਾਰਤ ਤੋਂ ਰਵਾਨਾ ਹੋ ਚੁੱਕੀ ਹੈ ਸੂਤਰਾਂ ਮੁਤਾਬਕ ਵੱਡੀ ਅਪਡੇਟ ਦੇ ਰਿਹਾ ਤੁਹਾਨੂੰ ਪ੍ਰੋ ਪੰਜਾਬ ਟੀਵੀ ਤੇ ਅਗਰ ਗੱਲ ਕੀਤੀ ਜਾਵੇ ਤਾਂ ਲਾਰੈਂਸ ਦਾ ਇੱਕ ਭਰਾ ਅਮਰੀਕਾ 'ਚ ਬੈਠਾ ਹੈ ਅਮਰੀਕਾ ਚ ਬਿਠਾਇਆ ਹੈ ਔਰ ਉਸਤੇ ਬਾਰੇ ਅਗਰ ਗੱਲ ਕੀਤੀ ਜਾਵੇ ਉਸਦਾ ਨਾਮ ਅਨਮੋਲ ਬਿਸ਼ਨੋਈ ਹੈ ਔਰ ਅਨਮੋਲ ਬਿਸ਼ਨੋਈ ਦੀ ਗੱਲ ਅਗਰ ਜ਼ਿਕਰ ਕਰੀਏ ਤਾਂ ਉਸਦੀ ਇੱਕ ਵਿਆਹ ਸਮਾਗਮ ਵੀਡੀਓ ਵੀ ਸਾਹਮਣੇ ਆਈ ਪਰ ਹਾਲੇ ਤੱਕ ਉਸ ਨੂੰ ਲੈ ਕੇ ਕੋਈ ਅਪਡੇਟ ਨਹੀਂ ਆਇਆ ਉਸਦਾ ਮੂਸੇ ਵਾਲਾ ਕਤਲकांड ਚਨਾਤ ਸ਼ਾਮਲ ਹੈ ਜਾਂ ਨਹੀਂ ਪਰ ਉਸਦੀ ਵੀਡੀਓ ਆਉਣ ਤੋਂ ਬਾਅਦ ਸਵਾਲ ਇਹ ਖੜੇ ਹੋਏ ਸੀ ਕਿ ਉਹ ਜਾਲੀ ਦਸਤਾਵੇਜ਼ ਬਣਾ ਕੇ ਫਰਾਰ ਕਿਵੇਂ ਹੋਇਆ ਤਾ ਸਚਿਨ ਬਿਸ਼ਨੋਈ ਕਿਵੇਂ ਫਰਾਰ ਹੋਇਆ ਤਾਂ ਹੁਣ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸਚਿਨ ਬਿਸ਼ਨੋਈ ਨੂੰ ਲੈ ਕੇ ਵੱਡੀ ਖਬਰ ਮੂਸੇਵਾਲਾ ਕਤਲकांड ਚ ਪਲੈਨਿੰਗ ਚ ਸ਼ਾਮਲ ਸੀਗਾ ਸਚਿਨ ਬਿਸ਼ਨੋਈ ਕੱਲੇ-ਕੱਲੇ ਸ਼ੂਟਰਾਂ ਦੇ ਸੰਪਰਕ ਦੇ ਵਿੱਚ ਸੀਗਾ ਪਰ ਹੁਣ ਕਿਤੇ ਨਾ ਕਿਤੇ ਵੱਡੀ ਗਾਸ ਦਿਖਦੀ ਨਜ਼ਰ ਦਿਖਾਈ ਦੇ ਰਹੀ ਹੈ ਪ੍ਰੋ ਪੰਜਾਬ ਟੀਵੀ ਤੇ ਇਸ ਵਕਤੀ ਵੱਡੀ ਅਪਡੇਟ ਦੇ ਰਹੇ ਆ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਟੀਮ ਬਣਾ ਕੇ ਅਜ਼ਰਬੈਜਾਨ ਰਵਾਨਾ ਹੋ ਚੁੱਕੀ ਹੈ ਅਜ਼ਰਬੈਜਾਨ ਰਵਾਨਾ ਹੋ ਚੁੱਕੀ ਹੈ ਔਰ ਇਸ ਨੂੰ ਅਗਲੇ 2 ਦਿਨਾਂ ਚ ਇੱਥੇ ਵਾਪਸ ਲਿਆਂਦਾ ਜਾ ਸਕਦਾ ਹੈ ਔਰ ਪੁੱਛਕਿਛ ਕੀਤੀ ਜਾ ਸਕਦੀ ਹੈ ਵੱਡਾ ਖਲਾਸਾ ਕੀਤਾ ਜਾ ਸਕਦਾ ਹੈ ਕਿ ਅਸਲ ਦੇ ਵਿੱਚ ਸਚਿਨ ਬਿਸ਼ਨੋਈ ਕਿਵੇਂ ਇਨਵੋਲਵ ਹੋ ਰਿਹਾ ਪਹਿਲੇ ਦਿਨ ਤੋਂ ਉਸ ਦਾ ਸੰਪਰਕ ਕਿਸ-ਕਿਸ ਨਾਲ ਸੀ ਲਾਰੈਂਸ ਨੂੰ ਲੈ ਕੇ ਵੱਡੇ ਖਲਾਸੇ ਜ਼ਰੂਰ ਹੋ ਸਕਦੇ ਨੇ